ਦਲਜੀਤ ਦੋਸਾਂਝ ਦਾ ਜੋ ਕੱਲ੍ਹ ਕੰਸਰਟ ਹੋਇਆ ਕੈਨੇਡਾ ਦੇ ਅੰਦਰ, ਉਹ ਇੱਕ ਅਦਭੁਤ ਨਜ਼ਾਰਾ ਸੀ। ਸ਼ਾਇਦ ਇਤਿਹਾਸ 'ਚ ਕਿਸੇ ਨੇ ਨਹੀਂ ਦੇਖਿਆ ਹੋਊਗਾ ਇਸ ਪੱਧਰ ਦੇ ਉੱਤੇ ਕਿ ਪੂਰੇ ਪੂਰੇ ਸਟੇਡੀਅਮ ਭਰ ਜਾਣ। ਔਰ ਉਸ ਤੋਂ ਵੱਡਾ ਕੰਮ ਵੀ ਸੀ ਕਿ ਉੱਥੋਂ ਦੇ ਚੁਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਥੇ ਪਹੁੰਚਦੇ ਨੇ, ਉਹਨਾਂ ਨੂੰ ਵਧਾਈ ਦਿੰਦੇ ਨੇ। ਇਹ ਬਹੁਤ ਇੱਕ ਅਦਭੁਤ ਨਜ਼ਾਰਾ ਹੈ। ਇਹਦੇ ਨਾਲ ਸਾਰੀ ਦੇਸ਼ ਔਰ ਦੁਨੀਆ ਦੇ ਅੰਦਰ ਸਿੱਖ ਕੌਮ ਦਾ ਮਾਣ ਵਧਿਆ। ਮੈਂ ਇਸ ਗੱਲ ਦੀ ਵਧਾਈ ਦਿੰਦਾ, ਪਰ ਮੈਨੂੰ ਇਸ ਗੱਲ ਦਾ ਦੁੱਖ ਆ ਕਿ ਜਸਟਿਨ ਟਰੂਡੋ ਨੇ ਇੱਕ ਬਹੁਤ ਅੱਛਾ ਕੰਮ ਕੀਤਾ, ਇੱਕ ਨੌਜਵਾਨ ਦੀ ਹੌਸਲਾ ਅਫਜ਼ਾਈ ਕੀਤੀ ਔਰ ਪੂਰੀ ਦੁਨੀਆ ਦੇ ਅੰਦਰ ਇੱਕ ਅੱਛਾ ਸੰਦੇਸ਼ ਗਿਆ। ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਟਵੀਟ ਕੀਤਾ, ਉਹ ਟਵੀਟ ਕਰਕੇ ਜਿਸ ਤਰੀਕੇ ਉਹ 'ਚ ਭਾਸ਼ਾ ਜਦੋਂ ਉਹਨਾਂ ਦੀ ਵਰਤੀ ਔਰ ਉਹਦੇ ਅੰਦਰ ਭਾਰਤ ਨੂੰ ਹੀ ਗੱਲ ਕਰਨਾ, ਇੰਡੀਆ ਦਾ ਨਾਮ ਨਾ ਲੈਣਾ, ਉਹਦੇ ਪ੍ਰਤੀ ਆਪਣੀ ਨਫ਼ਰਤ ਜ਼ਾਹਿਰ ਕਰਨਾ, ਔਰ ਜਦੋਂ ਦਲਜੀਤ ਦੋਸਾਂਝ ਦੀ ਵਡਿਆਈ ਕਰ ਰਹੇ ਉਹਦੇ ਅੰਦਰ ਇੰਡੀਆ ਨੂੰ ਮਨਫੀ ਕਰ ਦੇਣਾ, ਭਾਰਤ ਨੂੰ ਮਨਫੀ ਕਰ ਦੇਣਾ, ਇਹ ਬਹੁਤ ਹੀ ਇੱਕ ਮੰਦਭਾਗੀ ਘਟਨਾ। ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਦਾ ਇੱਕ ਬਹੁਤ ਵੱਡੀ ਗਰਿਮਾ ਹੁੰਦੀ, ਇੱਕ ਪਦ ਦੀ ਬਹੁਤ ਵੱਡੀ ਉਹਨਾਂ ਦਾ ਇੱਕ ਸਨਮਾਨ ਹੁੰਦਾ ਹੈ, ਉਹਨਾਂ ਨੂੰ ਇਸ ਤੋਂ ਬਰਕਰਾਰ ਰੱਖਣਾ ਚਾਹੀਦਾ ਸੀਗਾ। ਇਸ ਤਰ੍ਹਾਂ ਦੀ ਭਾਰਤ ਦੇ ਪ੍ਰਤੀ ਉਹਨਾਂ ਨਫ਼ਰਤ ਝਲਕੇ, ਇਹ ਕਿਸੇ ਪ੍ਰਧਾਨ ਮੰਤਰੀ ਵਾਸਤੇ ਚੰਗੀ ਗੱਲ ਨਹੀਂ। ਇਸ ਦੀ ਮੈਂ ਕੜੇ ਸ਼ਬਦਾਂ 'ਚ ਨਿੰਦਾ ਕਰਦਾ।